ਮੈਨੂੰ ਲਾਸਟ 30 ਈਅਰ ਤੋਂ ਵੀ ਜ਼ਿਆਦਾ ਤੁਸੀਂ ਜਾਣਦੇ ਆ ਜੀ ਅਤੇ ਉਹ ਘਰ ਆਏ ਆ ਉਹਨਾਂ ਦਾ ਮੋਸਟ ਵੈਲਕਮ ਕਿਉਂਕਿ ਐਜ਼ ਏ ਦੋਸਤ ਉੱਦਾਂ ਵੀ ਆਉਂਦੇ ਰਹਿੰਦੇ ਅੱਗੇ ਵੀ ਹੁਣ ਵੀ ਆਏ ਕੋਈ ਕਲੇਸ਼ ਨਹੀਂ ਹੁੰਦਾ ਇਹ ਡਿਫਰੈਂਸ ਆਫ ਓਪੀਨੀਅਨ ਹੋ ਸਕਦੀ ਹੈ ਆਪਦੇ ਕੋਈ ਸੋਚ ਕਿਸੇ ਦੀ ਦੂਜੀ ਹੋ ਸਕਦੀ ਅਦਰਵਾਈਜ਼ ਕੋਈ ਕਲੇਸ਼ ਨਹੀਂ ਹੈ ਇਹ ਕਹਿੰਦੇ ਬਣਾਇਆ ਹੋਇਆ ਆਪੋਜੀਸ਼ਨ ਪਾਰਟੀ ਵਾਲਿਆਂ ਨੇ ਬਣਾਇਆ ਹੋਇਆ ਐਂਡ ਸਾਰੀਆਂ ਆਪੋਜੀਸ਼ਨ ਪਾਰਟੀ ਵਾਲਿਆਂ ਦਾ ਹਾਲ ਤੁਸੀਂ ਦੇਖ ਹੀ ਲਿਆ ਜੇ ਕੋਈ ਸੇਵਾ ਦੇਣਗੇ ਜ਼ਰੂਰ ਕਰਾਂਗੇ ਨਹੀਂ ਵੀ ਆਉਣਗੇ ਤਾਂ ਵੀ ਸੇਵਾ ਕਰਾਂਗੇ ਜਿੱਥੇ ਡਿਊਟੀ ਲਾਉਣਗੇ ਉੱਥੇ ਜਾਵਾਂਗੇ ਅੱਗੇ ਵੀ ਜਾਂਦੇ ਸੀ ਹੁਣ ਵੀ ਜਾਵਾਂਗੇ ਇਹ ਤਾਂ ਨਹੀਂ ਆ ਕਿ MLA ਬਣ ਕੇ ਸੇਵਾ ਹੁੰਦੀ ਆ ਇਹ ਨਹੀਂ ਆ ਕਿ ਵਜ਼ੀਰ ਬਣ ਕੇ ਸੇਵਾ ਹੁੰਦੀ ਆ ਵਰਕਰ ਜਿਹੜਾ ਕਰਦਾ ਉਹਦੀ ਵੀ ਸਾਨੂੰ ਵੈਲਿਊ ਪਾਉਣੀ ਚਾਹੀਦੀ ਅਸੀਂ ਵਰਕਰ ਦੇ ਤੌਰ 'ਤੇ ਸ਼ੁਰੂ ਕੀਤੀ ਸੀ ਵਰਕਰ ਦੇ ਤੌਰ 'ਤੇ ਕੀਤੀ ਸੇਵਾ ਮਿਲੀ ਆ ਜਿੱਤੇ ਵੀ ਹਾਰੇ ਵੀ ਵਜ਼ੀਰ ਵੀ ਬਣੇ MLA ਵੀ ਬਣੇ